ਪਰ ਜਦੋਂ ਨਾ ਆਉਂਦੀ ਆ ਵੀ ਆ ਰੇੜੀ ਲਾਉਣੀ ਹੈ ਸੜਕ ਕਿਨਾਰੇ ਤਾਂ ਪੰਜਾਬੀ ਸ਼ਰਮ ਮੰਨ ਜਾਂਦੇ ਆ। ਮੈਂ ਕਿਸੇ ਹੋਰ ਨੂੰ ਕੀ ਕਹਿਣਾ, ਮੈਂ ਆਪ ਸ਼ਰਮ ਮੰਨਦਾ ਸੀ ਜਦੋਂ ਪਿੰਡ ਵਾਲੇ ਲੰਘਦੇ ਸੀ ਨਾ, ਮੈਨੂੰ ਐਂ ਹੁੰਦਾ ਸੀ ਪਿੰਡ ਵਾਲੇ ਦੇਖ ਨਾ ਲੈਣ, ਮੈਂ ਗੱਡੀ ਦੇ ਉਹ ਲਿਓ ਕੇ ਖੜ ਜਾਂਦਾ ਸੀ। ਅੱਛਾ, ਖੜੋ ਪਰੇ ਲਾ ਲਓ, ਅਸੀਂ ਗਰੀਬ ਬੰਦੇ ਆ, ਅਸੀਂ ਵੀ ਰੋਟੀ ਖਾਣੀ ਆ, ਵੀ ਦੱਸੋ ਅਸੀਂ ਪੰਜਾਬ ਛੱਡਦੀ ਆ। ਸਰਕਾਰਾਂ ਤਾਂ ਪਹਿਲਾਂ ਹੀ ਸਾਨੂੰ ਕਹਿ ਰਹੀਆਂ ਵੀ ਆਈਲੈਟਸ ਕਰੋ ਤੇ ਛੱਡ ਛੱਡ ਜਾਓ, ਹੁਣ ਜਿਹੜੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਇਹ ਨਹੀਂ ਟਿਕਣ ਦਿੰਦੇ ਪ੍ਰਵਾਸੀ, ਵੀ ਛੱਡ ਕੇ ਕਿਤੇ ਹੋਰ ਲਾ ਲਓ, ਵੀ ਦੱਸੋ ਅਸੀਂ ਹੁਣ ਕਿੱਥੇ ਲਾਈਏ। ਸੋ ਹਿੰਮਤ ਕੀਤੀ ਮੈਂ, ਕੋਈ ਨਹੀਂ ਬਾਈ ਮੈਂ ਲੋਕਲ ਬੰਦਾ, ਮੈਂ ਇੱਥੇ ਹੀ ਖੜੂੰਗਾ, ਪੰਜਾਬ ਦਾ ਜੰਮ ਵਾਲਾ, ਪੰਜਾਬ 'ਚ ਜੰਮੇ ਆ, ਪੰਜਾਬ 'ਚ ਹੀ ਮਰਨਾ ਜੀ। ਮੈਂ ਤਾਂ ਇੱਕ ਗੱਲ ਸੋਚਦਾ ਵੀ ਇਹ ਪੰਜਾਬ ਦੀ ਜਿਹੜੀ ਧਰਤੀ ਆ ਨਾ ਜੀ, ਉਹ ਸਾਡੀ ਧਰਤੀ ਹੈ, ਇਸ ਧਰਤੀ ਲਈ ਸਾਡੇ ਸਿਰ ਲੱਗੇ ਹੋਏ ਨੇ। ਜੇ ਅੱਜ ਅਸੀਂ ਇਸ ਧਰਤੀ ਨੂੰ ਛੱਡ ਗਏ ਨਾ ਤਾਂ ਕੱਲ੍ਹ ਨੂੰ ਇਸ ਧਰਤੀ ਨੇ ਸਾਨੂੰ ਛੱਡ ਦੇਣਾ। ਸੋ ਇਹ ਬੜੀ ਭਾਗਾਂ ਵਾਲੀ ਧਰਤੀ ਆ, ਮੈਂ ਤਾਂ ਇਹੀ ਕਹੂੰਗਾ ਬੇਨਤੀ ਹੈ ਇਸ ਧਰਤੀ ਨੂੰ ਨਾ ਛੱਡੋ। ਆ ਬੇਸ਼ੱਕ ਬਾਹਰ ਜਾਣਾ ਚਾਹੋ, ਕਮਾਈ ਕਰੋ, ਪਰ ਵਾਪਸ ਜ਼ਰੂਰ ਆਓ, 10 ਸਾਲ ਲਾਓ, 20 ਸਾਲ ਲਾਓ, ਵਾਪਸ ਪੰਜਾਬ 'ਚ ਆਓ। ਇਸ ਧਰਤੀ ਲਈ ਸਾਡਾ ਭਾਈ ਜੀ ਖੂਨ ਡੁੱਲਿਆ ਹੋਇਆ ਮਣਾ ਮੋਹੀ, ਅਤੇ ਇਸ ਧਰਤੀ ਨੂੰ ਨਾ ਛੱਡੋ, ਮੇਰੀ ਤਾਂ ਇਹੀ ਬੇਨਤੀ ਹੈ। ਇੱਕ ਮੈਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਮੇਰੇ ਘਨੌਲੀ ਇਲਾਕੇ ਦੇ ਬੰਦਿਆਂ ਨੇ ਮੇਰਾ ਬੜੀ ਸਪੋਰਟ ਕੀਤੀ ਪਹਿਲੇ ਦਿਨ ਤੋਂ। ਮੈਨੂੰ ਕੋਈ ਨਹੀਂ ਆ, ਉਹ ਪ੍ਰਵਾਸੀ ਦੇ ਬਜਾਏ ਮੈਨੂੰ ਪਹਿਲ ਦਿੰਦੇ ਆ ਵੀ ਕੋਈ ਨਹੀਂ ਆਪਣਾ ਪੰਜਾਬੀ ਭਰਾ ਖੜਾ ਹੈ, ਕੋਈ ਗੱਡੀ 'ਚ ਵੀ ਆਊਂਗਾ ਉਹ ਪਹਿਲਾਂ ਮੇਰੇ ਕੋਲ ਖੜੂੰਗਾ, ਵੀ ਕੋਈ ਚੱਕਰ ਨਹੀਂ ਲਾ ਮੈਂ ਨਾ ਕੋਈ ਚੱਕਰ ਨਹੀਂ। ਮੈਂ ਨੌਕਰੀ ਛੱਡੀ ਸੀ, ਸਿਸਟਰ ਦੀ ਮੈਰਿਜ ਸੀ, ਹੁਣ ਭਰਾ ਸਿਸਟਰ ਦੀ ਮੈਰਿਜ, ਭਰਾ ਨੇ ਕੰਮ ਕਰਨਾ ਹੁੰਦਾ ਜੀ ਮੇਨ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ 20 ਦਿਨ ਦੀ ਘੱਟੋ ਘੱਟ ਛੁੱਟੀ ਚਾਹੀਦੀ ਹੈ ਜੀ। ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ, ਤੁਹਾਨੂੰ ਹਫ਼ਤੇ ਛੁੱਟੀ ਦੇਵੋਂਗੇ, ਅਤੇ ਤੁਸੀਂ ਆਪ ਸੋਚੋ ਵੀ ਭਰਾ ਭੈਣ ਦਾ ਵਿਆਹ ਹੋਵਾ ਅਤੇ ਭਰਾ ਹਫ਼ਤੇ ਬਾਅਦ ਹੀ ਘਰ ਹੋਊਗਾ। ਸੋ ਇਸੀ ਵਜ੍ਹਾ ਕਰਕੇ ਮੈਂ ਨੌਕਰੀ ਛੱਡੀ ਸੀ ਜੀ, ਫਿਰ ਮੈਂ ਟੱਕਰ। ਦੋਸਤੋ, ਜਿਹੜੇ ਆਪਣੇ ਪੰਜਾਬੀ ਭਰਾ ਨੇ ਉਹਨਾਂ ਦੀ ਦੱਬ ਕੇ ਸਪੋਰਟ ਕਰਨੀ ਆਪਣਾ ਸਾਰਿਆਂ ਦਾ ਫਰਜ਼ ਹੈ। ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪੰਜਾਬੀ ਭਰਾ ਮਿਹਨਤ ਕਰ ਰਿਹਾ ਹੈ, ਤਾਂ ਸੜਕ 'ਤੇ ਜਿਹੜੇ ਆਪਣੇ ਪੰਜਾਬੀ ਭਰਾ ਕਈ ਹੈਗੇ ਆ ਜਿਹੜੇ ਮਿਹਨਤ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ, ਉਹਨਾਂ ਨੂੰ ਅੱਜ ਦੀ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਅਸੀਂ ਇਸ ਨੈਸ਼ਨਲ ਹਾਈਵੇ 'ਤੇ ਖੜ੍ਹੇ ਹਾਂ, ਇਸ ਰੋਡ 'ਤੇ ਖੜ੍ਹੇ ਹਾਂ, ਤਾਂ ਰੋਡ ਦੇ ਬਿਲਕੁਲ ਨਾਲ ਹੀ ਇੱਕ ਆਪਣਾ ਪੰਜਾਬੀ ਭਰਾ ਦੇਖ ਰਿਹਾ ਹੈ। ਗਰਮੀਆਂ ਦੇ ਸੀਜ਼ਨ ਦੇ ਵਿੱਚ ਹਰ ਕਿਸੇ ਨੂੰ ਪਿਆਸ ਲੱਗਦੀ ਹੈ, ਤਾਂ ਆਪਾਂ ਅਸਲ ਦੇ ਵਿੱਚ ਮਜਬੂਰ ਵੀ ਹੋ ਜਾਂਦੇ ਹਾਂ, ਪ੍ਰਵਾਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਆ ਗਏ ਨੇ, ਤਾਂ ਹਰ ਕੋਈ ਕੰਮ ਪ੍ਰਵਾਸੀ ਕਰ ਰਹੇ ਨੇ, ਤਾਂ ਜਿਸ ਦੇ ਚੱਲਦੇ ਆ ਬਹੁਤ ਘੱਟ ਨੌਜਵਾਨ ਅਜਿਹੇ ਹੈਗੇ ਨੇ ਜਿਨ੍ਹਾਂ ਦਾ ਮੰਨਣਾ ਇਹ ਹੈ ਕਿ ਅਸੀਂ ਕੋਈ ਵੱਡੀ ਨੌਕਰੀ ਕਰਨ ਦੀ ਬਜਾਏ ਛੋਟਾ ਕੰਮ ਕਰੀਏ, ਛੋਟੇ ਜਿਹੜੇ ਮਾਲਕ ਬਣੀਏ, ਤਾਂ ਜਿਨ੍ਹਾਂ ਦਾ ਮੰਨਣਾ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਹੀ ਰਹਿਣਾ ਹੈ, ਤਾਂ ਉਹਨਾਂ ਦੇ ਵਿੱਚੋਂ ਇੱਕ ਆ ਸਾਡੇ ਸਰਦਾਰ ਸਾਹਿਬ ਹੈਗੇ ਨੇ, ਜਿਹੜਾ ਬਾਬੇ ਨਾਨਕ ਦੇ ਸਿਧਾਂਤ 'ਤੇ ਚੱਲ ਰਹੇ ਨੇ, ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ 'ਤੇ ਚੱਲ ਰਹੇ ਨੇ। ਤਾਂ ਭਾਅ ਜੀ ਹੁਣੀ ਤੁਹਾਨੂੰ ਦੱਸ ਦਈਏ ਕਿ ਇਹ ਅਨਪੜ੍ਹ ਨਹੀਂ ਹੈਗੇ, ਇਹਨਾਂ ਨੇ ਵਧੀਆ ਪੜ੍ਹਾਈ ਕੀਤੀ ਹੋਈ ਆ, ਪਰ ਅਫਸੋਸ ਦੀ ਗੱਲ ਇਹ ਹੈ ਕਿ ਵਧੀਆ ਪੜ੍ਹਾਈ ਕਰਨ ਦੇ ਬਾਵਜੂਦ ਵੀ ਭਾਅ ਜੀ ਸੜਕ ਦੇ ਕਿਨਾਰੇ 'ਤੇ ਅੱਜ ਜਿਹੜਾ ਹੈ ਨਾ ਅੱਤ ਦੀ ਗਰਮੀ ਦੇ ਵਿੱਚ ਘਰ ਦੀਆਂ ਇਹ ਕਹਿੰਦੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਹੜੀਆਂ ਹੈ ਨਾ ਉਹ ਬੰਦੇ ਤੋਂ ਬਹੁਤ ਕੁਛ ਕਰਵਾ ਦਿੰਦੀਆਂ ਨੇ। ਤਾਂ ਆਹ ਭਾਅ ਜੀ ਹੁਣ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ, ਤਾਂ ਇੱਕ ਵਾਰ ਤੁਸੀਂ ਤਸਵੀਰਾਂ ਦੇਖੋ ਕਿ ਫਰੈਸ਼ ਸੋਡਾ 10 ਰੁਪਏ, 15 ਰੁਪਏ, 20 ਰੁਪਏ, ਤਾਂ ਇਹ ਕਿਰਤ ਕਰਕੇ ਭਾਅ ਜੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਵਿੱਚ ਯਕੀਨ ਰੱਖਦੇ ਨੇ। ਤਾਂ ਭਾਅ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਤਾਂ ਭਾਅ ਜੀ ਹੁਣ ਤੁਹਾਨੂੰ ਦੱਸ ਦਈਏ ਕਿ ਬੀਟੈਕ ਕੀਤੀ ਹੋਈ ਆ ਭਾਅ ਜੀ ਹੋਣਾਂ ਨੇ, ਅਤੇ ਵਿਚਾਰ ਸੁਣ ਕੇ ਤੁਸੀਂ ਵੀ ਪ੍ਰਭਾਵਿਤ ਹੋ ਜਾਓਗੇ। ਤਾਂ ਜਿਹੜੇ ਵੀਰ ਭਰਾ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ, ਮੈਂ ਉਮੀਦ ਕਰਦਾ ਕਿ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ। ਭਾਅ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਕੀ ਨਾਮ ਹੈ ਜੀ ਭਾਈ ਤੁਹਾਡਾ? ਭਾਅ ਜੀ ਲਖਵਿੰਦਰ ਸਿੰਘ ਨਾਮ ਹੈ ਜੀ ਮੇਰਾ। ਅੱਛਾ ਅੱਛਾ ਲਖਵਿੰਦਰ ਸਿੰਘ ਜੀ, ਹੋਰ ਕੀ ਹਾਲ ਚਾਲ? ਠੀਕ ਠਾਕ ਹੋ ਜੀ? ਭਾਅ ਜੀ ਕਿਰਪਾ ਚੜ੍ਹਦੀ ਕਲਾਈ ਥੋੜੀ ਪਰ ਆ ਜੀ। ਇਹ ਕੰਮ ਕਰਨਾ ਕਿਵੇਂ ਜ਼ਹਿਨ ਦੇ ਵਿੱਚ ਖਿਆਲ ਆਇਆ, ਜਾਂ ਪਹਿਲਾਂ ਵੈਸੇ ਤੁਸੀਂ ਪੜ੍ਹਾਈ ਕੀ ਕੀਤੀ ਹੋਈ ਹੈ ਜੀ? ਭਾਅ ਜੀ ਮੈਂ ਪਲੱਸ 2 ਤੋਂ ਬਾਅਦ ਡਿਪਲੋਮਾ ਕੀਤਾ ਜੀ। ਜੀ 3 ਸਾਲ ਦਾ ਡਿਪਲੋਮਾ ਵੀ ਕੀਤਾ ਹੋਇਆ, ਅਤੇ ਉਸ ਤੋਂ ਬਾਅਦ 3 ਸਾਲ ਦੀ ਮੈਂ ਬੀਟੈਕ ਕੀਤੀ ਹੋਈ ਹੈ। 2018 ਵਿੱਚ ਮੇਰੀ ਪੜ੍ਹਾਈ ਕੰਪਲੀਟ ਹੋ ਗਈ। ਜਿੱਦਾਂ ਕਿ ਤੁਹਾਨੂੰ ਪਤਾ ਹੀ ਵੀ ਪੰਜਾਬ ਦੇ ਵਿੱਚ ਰੁਜ਼ਗਾਰ ਇੰਨਾ ਮਿਲਦੇ ਨਹੀਂ, ਅਤੇ ਟਰਾਈ ਕੀਤਾ ਨਹੀਂ ਬਣਿਆ, ਕਿਉਂਕਿ ਸਾਡਾ ਏਰੀਆ ਜਿਹੜਾ ਹਿਮਾਚਲ ਦੇ ਨੇੜੇ ਹੋਣ ਕਰਕੇ ਨਾ, ਇੱਥੇ ਬਾਰਡਰ ਏਰੀਆ 'ਤੇ ਕੰਪਨੀਆਂ ਬਹੁਤ ਨੇ, ਅਤੇ ਬੱਦੀ ਇੱਧਰ ਸਾਡਾ ਇੰਡਸਟਰੀਅਲ ਏਰੀਆ ਹਿਮਾਚਲ ਦਾ, ਉੱਥੇ ਟਰਾਈ ਕੀਤਾ, 1 ਸਾਲ ਨੌਕਰੀ ਕੀਤੀ ਪਰ ਨਹੀਂ ਗੱਲ ਬਣੀ, ਕੁਝ ਘਰੇਲੂ ਪ੍ਰੋਬਲਮ ਕਰਕੇ ਮੈਨੂੰ ਨੌਕਰੀ ਛੱਡਣੀ ਪੈ ਗਈ, ਅਤੇ ਉਹ ਤੋਂ ਬਾਅਦ ਫਿਰ ਧੱਕੇ ਖਾਂਦੇ ਰਹੇ, ਇੱਧਰ ਉੱਧਰ ਘੁੰਮਦੇ ਰਹੇ। ਪੰਜਾਬ 'ਚ ਜਿਹੜਾ ਇੱਕ ਚੱਕਰ ਆ, ਠੇਕਾ ਸਿਸਟਮ ਆ ਭਾਰੂ ਆ, 10-12 ਹਜ਼ਾਰ ਤਨਖਾਹ ਦਿੰਦੇ ਆ, ਬਣਦਾ ਕੁਛ ਹੈ ਨਹੀਂ, ਅੱਗੋਂ ਕੱਲ੍ਹ ਵਿਆਹ ਵੀ ਕਰਾਉਣਾ ਬੰਦੇ ਨੇ, ਫੈਮਿਲੀ ਦਾ ਬਣਦਾ ਨਹੀਂ, ਮਾਂ ਬਾਪ ਵੀ ਆ, ਕੱਲ੍ਹ ਬਿਮਾਰ ਵੀ ਹੋਣਾ ਹੈ, ਕੁਛ ਨਹੀਂ ਬਣਦਾ। ਫਿਰ ਧੱਕੇ ਧੁੱਕੇ ਖਾਣ ਤੋਂ ਬਾਅਦ ਫਿਰ ਆਪਣੇ ਕੰਮ ਵੱਲ ਆਏ ਆ, ਪਹਿਲਾਂ ਕੁਛ ਹੋਰ ਕਿਸੇ ਕੋਲ ਕੰਮ ਸਿੱਖਿਆ 1 ਸਾਲ, ਉਹ ਤੋਂ ਬਾਅਦ ਫਿਰ ਆਪਣੇ ਕੰਮ ਵੱਲ ਅਸੀਂ ਪਹੁੰਚ ਗਏ। ਇਹ ਕਿੰਨੀ ਕੁ ਇਨਵੈਸਟਮੈਂਟ, ਕਹਿੰਦੇ ਜਦੋਂ ਆਪਣਾ ਵਪਾਰ ਖੋਲ੍ਹਣਾ ਹੁੰਦਾ ਹੈ ਨਾ ਪਹਿਲਾਂ ਪੈਸਾ ਜ਼ਰੂਰੀ ਹੁੰਦਾ, ਇਹ ਕਿੰਨਾ ਕੁ ਪੈਸਾ ਭਾਅ ਜੀ ਤੁਸੀਂ ਪਹਿਲਾਂ ਇਨਵੈਸਟ ਕੀਤਾ, ਤਾਂ ਹੁਣ ਆਊਟਪੁੱਟ ਕਿਹੋ ਜਿਹੀ ਆ ਰਹੀ ਹੈ? ਭਾਅ ਜੀ ਮੈਨੂੰ ਲੱਗਦਾ ਪੈਸੇ ਤੋਂ ਜ਼ਿਆਦਾ ਨਾ ਪੰਜਾਬੀਆਂ ਨੂੰ ਹਿੰਮਤ ਦੀ ਲੋੜ ਆ। ਅੱਛਾ, ਪੈਸਾ ਤਾਂ ਅਰੇਂਜਮੈਂਟ ਕਰੇ ਲੈਂਦੇ,
ਮੈਂ ਕਿਸੇ ਹੋਰ ਨੂੰ ਕੀ ਕਹਿਣਾ, ਮੈਂ ਆਪ ਸ਼ਰਮ ਆਉਂਦਾ ਸੀ ਜਦੋਂ ਪਿੰਡ ਵਾਲੇ ਲੰਘਦੇ ਸੀ ਨਾ, ਮੈਨੂੰ ਐਂ ਹੁੰਦਾ ਸੀ ਪਿੰਡ ਵਾਲੇ ਦੇਖ ਨਾ ਲੈਣ, ਮੈਂ ਗੱਡੀ ਦੇ ਉਲੇ ਹੋ ਕੇ ਖੜ ਜਾਂਦਾ ਸੀ। ਅੱਛਾ, ਸ਼ਰਮ ਮਹਿਸੂਸ ਹੁੰਦੀ? ਸ਼ਰਮ ਮਹਿਸੂਸ ਹੋਈ, ਮੈਂ ਝੂਠ ਨਹੀਂ ਬੋਲਦਾ, ਮੈਨੂੰ 6 ਮਹੀਨੇ ਜਦੋਂ ਪਹਿਲਾ ਕੰਮ ਸ਼ੁਰੂ ਕੀਤਾ ਬੜੀ ਸ਼ਰਮ ਲੱਗਦੀ ਸੀ, ਪਰ ਸਿਆਣੇ ਕਹਿੰਦੇ ਆ ਵੀ ਜਿਹਨਾਂ ਕੀਤੀ ਸ਼ਰਮ ਉਹਦੇ ਫੁੱਟੇ ਕਰਮ, ਜੇ ਸ਼ਰਮ ਕਰੂੰਗੇ ਤਾਂ ਭੁੱਖੇ ਮਰੂੰਗੇ, ਸੋ ਇਸ ਕਰਕੇ ਮੈਂ ਸ਼ਰਮ ਛੱਡਤੀ ਤੇ ਆਪਦੇ ਕਿਰਤ ਵੱਲ ਧਿਆਨ ਦਿੱਤਾ। ਜਿੱਦਣ ਪਹਿਲੇ ਦਿਨ ਮੰਨ ਲਓ ਤੁਸੀਂ ਇਹ ਗੱਡੀ ਖਰੀਦ ਲਈ, ਸਾਰਾ ਪਲਾਂਟ ਤੁਹਾਡਾ ਲੱਗ ਗਿਆ, ਰਿਐਕਸ਼ਨ ਕੀ ਸੀਗਾ ਤੁਹਾਡਾ ਔਰ ਤੁਹਾਡਾ ਮਨ ਕੀ ਕਹਿੰਦਾ ਸੀਗਾ ਘਰ ਤੋਂ ਨਿਕਲਣ ਸਮੇਂ? ਭਾਜੀ ਔਖਾ ਹੀ, ਬਸ ਧੱਕੇ ਨਾਲੇ ਮੈਂ ਕਹਿ ਲਓ ਵੀ ਆਇਆ, ਮੇਰਾ ਦਿਲ ਨਹੀਂ ਸੀ ਕਰ ਰਿਹਾ। ਮੈਂ ਜਦੋਂ ਕਿ ਸਾਡੀ ਜਿਹੜਾ ਕੰਮ ਹੈ ਉਹ 10 ਵਜੇ ਸਟਾਰਟ ਹੋ ਜਾਂਦਾ, ਮੈਂ ਗੱਡੀ ਘਰ ਤੋਂ 10 ਵਜੇ ਤੋਰ ਲਈ, ਮੈਂ ਰਸਤੇ 'ਚ ਖੜ ਗਿਆ ਜੀ। ਮੈਂ 3-4 ਘੰਟੇ ਖੜਾ ਰਿਹਾ, ਸੋਚਦਾ ਰਿਹਾ ਕਿ ਕਿੱਥੇ ਲਾਵਾਂ, ਲਾਵਾਂ ਕਿ ਨਾ ਲਾਵਾਂ, ਕਿਹੜੇ ਪੰਗਿਆਂ 'ਚ ਪੈ ਗਿਆ ਮਨਾਂ 'ਚ। ਚਲੋ ਹਿੰਮਤ ਕਰ ਕੁਰ ਕੇ ਮੈਂ 3 ਵਜੇ ਇੱਥੇ ਪਹੁੰਚ ਗਿਆ, ਅਤੇ 1-2 ਬੰਦੇ ਵੀ ਲੋਕਲ ਵੀ ਆਏ, ਪਰ ਉਹਨਾਂ ਨੇ ਮੈਨੂੰ ਹਿੰਮਤ ਦੇ ਦਿੱਤੀ ਪਹਿਲੇ ਦਿਨ ਵੀ ਬਹੁਤ ਵਧੀਆ, ਬਹੁਤ ਵਧੀਆ ਕੰਮ ਕਰ ਰਿਹਾ, ਤੂੰ ਜ਼ਰੂਰ ਲਾ, ਤੇਰੀ ਸਪੋਰਟ ਕਰਾਂਗੇ। ਇੱਕ ਮੈਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਮੇਰੇ ਘਨੌਲੀ ਇਲਾਕੇ ਦੇ ਬੰਦਿਆਂ ਨੇ ਮੇਰਾ ਬੜੀ ਸਪੋਰਟ ਕੀਤੀ ਪਹਿਲੇ ਦਿਨ ਤੋਂ, ਮੈਨੂੰ ਕੋਈ ਨਹੀਂ ਆ, ਉਹ ਪ੍ਰਵਾਸੀ ਦੇ ਬਜਾਏ ਮੈਨੂੰ ਪਹਿਲ ਦਿੰਦੇ ਆ ਵੀ ਕੋਈ ਨਹੀਂ ਆਪਣਾ ਪੰਜਾਬੀ ਭਰਾ ਖੜਾ ਹੈ, ਕੋਈ ਗੱਡੀ 'ਚ ਵੀ ਆਊਂਗਾ ਉਹ ਪਹਿਲਾਂ ਮੇਰੇ ਕੋਲ ਖੜੂੰਗਾ ਵੀ ਕੋਈ ਚੱਕਰ ਨਹੀਂ, ਲਾ ਮੈਂ ਨਾ ਕੋਈ ਚੱਕਰ ਨਹੀਂ। ਬਿਲਕੁਲ, ਜਿੰਨੇ ਵੀਰ ਭਰਾ ਦੇਰ ਨਾਲ ਜੁੜੇ ਨੇ ਉਹਨਾਂ ਨੂੰ ਇਹ ਦੱਸ ਦਈਏ ਕਿ ਭਰਾਵੋ ਜਿਹੜੇ ਆਪਣੇ ਹੈਗੇ ਨੇ ਨਾ, ਆਪਣਿਆਂ ਦੀ ਸਪੋਰਟ ਜ਼ਰੂਰ ਕਰੋ, ਕਿਉਂਕਿ ਪ੍ਰਵਾਸੀਆਂ ਤੋਂ ਲੈਣ ਦੀ ਬਜਾਏ ਪਹਿਲ ਦੇ ਆਧਾਰ 'ਤੇ ਆਪਣੇ ਜਿਹੜੇ ਪੰਜਾਬੀ ਭਰਾ ਹੈਗੇ ਨੇ ਉਹਨਾਂ ਤੋਂ ਖਰੀਦਦਾਰੀ ਕਰਨੀ ਚਾਹੀਦੀ ਹੈ, ਤਾਂ ਜੋ ਜਿਹੜਾ ਪੰਜਾਬ ਦਾ ਪੈਸਾ ਪੰਜਾਬ ਦੇ ਵਿੱਚ ਹੀ ਰਹੇ, ਤਾਂ ਜਿਹੜੇ ਆਪਣੇ ਭਰਾ ਜਿਹੜੇ ਨੇ ਉਹਨਾਂ ਦਾ ਸਹਿਯੋਗ ਹੋ ਸਕੇ। ਬਾਈ ਜੀ, ਕੰਪੀਟੀਸ਼ਨ ਵੀ ਹੁੰਦਾ ਹੈ ਨਾ ਪ੍ਰਵਾਸੀਆਂ ਦਾ ਪੰਜਾਬੀਆਂ ਦੇ ਨਾਲ, ਜੇ ਪ੍ਰਵਾਸੀਆਂ ਦਾ ਕਿਵੇਂ ਦੇਖਦੇ ਹੋ, ਜਿਹੜਾ ਦਬਦਬਾ ਵੀ ਪਾਇਆ ਜਾ ਰਿਹਾ, ਕੁਝ ਦਿਨ ਪਹਿਲਾਂ ਵੀਡੀਓ ਵੀ ਇੱਕ ਵਾਇਰਲ ਹੁੰਦੀ ਹੈ ਨਾ, ਤਾਂ ਜਿਹੜਾ ਆਪਣੇ ਪੰਜਾਬੀ ਭਰਾਵਾਂ 'ਤੇ ਦਾਬਾ ਪਾਇਆ ਜਾ ਰਿਹਾ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਨੇ? ਇਹ ਕਰਦੇ ਜੀ, ਇਹ ਮੇਰੇ ਨਾਲ ਵੀ ਹੋਇਆ ਜੀ ਪਹਿਲੇ, ਨਵਾਂ ਆਇਆ, ਪਰ ਚਲੋ ਮੈਂ ਲੋਕਲ ਸੀਗਾ ਇਸ ਕਰਕੇ ਜ਼ਿਆਦਾ ਮੇਰੇ 'ਤੇ ਦਬਦਬਾ ਇਹਨਾਂ ਦਾ ਚੱਲਿਆ ਨਹੀਂ। ਕੀ ਕਹਿੰਦੇ ਸੀ, ਮੰਨ ਲਓ ਜਦੋਂ ਨਵੇਂ ਇੱਥੇ ਨਾ ਖੜੋ, ਪਰੇ ਲਾ ਲਓ, ਅਸੀਂ ਗਰੀਬ ਬੰਦੇ ਆ, ਅਸੀਂ ਵੀ ਰੋਟੀ ਖਾਣੀ ਆ, ਵੀ ਦੱਸੋ ਅਸੀਂ ਪੰਜਾਬ ਛੱਡ ਦਈਏ? ਸਰਕਾਰਾਂ ਤਾਂ ਪਹਿਲਾਂ ਹੀ ਸਾਨੂੰ ਕਹਿ ਰਹੀਆਂ ਵੀ ਆਈਲੈਟਸ ਕਰੋ ਤੇ ਛੱਡ ਜਾਓ, ਹੁਣ ਜਿਹੜੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਇਹ ਨਹੀਂ ਟਿਕਣ ਦਿੰਦੇ ਪ੍ਰਵਾਸੀ, ਵੀ ਛੱਡ ਕੇ ਕਿਤੇ ਹੋਰ ਲਾ ਲਓ, ਵੀ ਦੱਸੋ ਅਸੀਂ ਹੁਣ ਕਿੱਥੇ ਲਾਈਏ। ਸੋ ਹਿੰਮਤ ਕੀਤੀ, ਮੈਂ ਕੋਈ ਨਹੀਂ ਬਾਈ, ਮੈਂ ਲੋਕਲ ਬੰਦਾ, ਮੈਂ ਇੱਥੇ ਹੀ ਖੜੂੰਗਾ, ਪੰਜਾਬ ਦਾ ਜੰਮ ਵਾਲਾ, ਪੰਜਾਬ 'ਚ ਜੰਮੇ ਆ, ਪੰਜਾਬ 'ਚ ਹੀ ਮਰਨਾ ਹੈ, ਇੱਥੇ ਹੀ ਕੰਮ ਕਰਨਾ, ਇੱਥੇ ਹੀ ਰੋਟੀ ਖਾਣੀ। ਕਿੰਨੇ ਕੁ ਇਕੱਠੇ ਹੋ ਕੇ ਆ ਗਏ ਸੀਗੇ ਪਹਿਲੇ ਦਿਨ? ਭਾਜੀ 5-6 ਬੰਦੇ ਆ ਗਏ ਤੇ ਲੋਕਲ, ਇੱਥੇ ਨੇੜੇ ਤੇੜੇ ਜਿੰਨੇ ਵੀ ਲੱਗੇ ਨਾ ਰੋਡ 'ਤੇ, ਉਹ ਸਾਰੇ ਆ ਗਏ ਵੀ ਸਰਦਾਰ ਜੀ ਅਸੀਂ ਗਰੀਬ ਆ ਜੀ, ਵੀ ਅਸੀਂ ਵੀ ਰੋਟੀ ਖਾਣੀ ਆ ਜੀ, ਸਾਡਾ ਕੋਈ ਲਿੰਦਾ ਨਹੀਂ ਆ ਜੀ, ਫਲਾਣਾ ਜੀ, ਧਮਕਾਣਾ ਜੀ। ਸੋ ਮੈਂ ਉਹਨੂੰ ਕਿਹਾ ਵੀ ਮੈਂ ਦੱਸੋ ਵੀ ਕਿੱਥੇ ਜਾਵਾਂ, ਵੀ ਮੈਂ ਇੱਥੇ ਦਾ ਜੰਮ ਪਾਲਾ ਲੋਕਲ ਬੰਦਾ, ਵੀ ਮੈਂ ਵੀ ਰੋਟੀ ਖਾਣੀ, ਸਰਕਾਰਾਂ ਸਾਡੇ ਲਈ ਕੁਛ ਕਰ ਨਹੀਂ ਰਹੀਆਂ, ਹੁਣ ਅਸੀਂ ਪਰਿਵਾਰ ਤਾਂ ਪਾਲਣੇ ਜੀ ਆਪਣੇ, ਵੀ ਅਸੀਂ ਤਾਂ ਹੁਣ ਕਿਰਤ ਕਰਨੀ ਹੈ, ਮੈਂ ਤਾਂ ਇੱਥੇ ਖੜੂੰਗਾ ਜੀ, ਜਿਹਦੀ ਕਿਸਮਤ ਜਿੰਨਾ ਹੋਇਆ ਉਹਨੂੰ ਮਿਲ ਜਾਣਾ, ਜੇ ਤੁਹਾਡੇ ਕੋਲ ਜਿਹਨੇ ਪੀਣਾ ਤੁਹਾਡੇ ਕੋਲ ਪਹੁੰਚ ਜਾਣਾ, ਜਿਹਨਾਂ ਮੇਰੇ ਕੋਲ ਆਉਣਾ ਉਹਨਾਂ ਮੇਰੇ ਕੋਲ ਪਹੁੰਚ ਜਾਣਾ। ਇਹ ਕਹਿੰਦੇ ਤਕਦੀਰ ਦੀਆਂ ਗੱਲਾਂ ਹੀ ਹੁੰਦੀਆਂ ਨੇ, ਇਹ ਤਾਂ ਜਿਹਦਾ ਕਰਮ ਆ ਉਹਨੂੰ ਜੋ ਲਿਖਿਆ ਵਾ ਉਹਨੂੰ ਮਿਲ ਜਾਣਾ। ਤੇ ਆਂਢ ਗੁਆਂਢ 'ਚ ਬਾਈ ਜੀ ਲੋਕੀ ਗੱਲਾਂ ਕਰਦੇ ਹੋਣਗੇ ਵੀ ਲਖਵਿੰਦਰ ਸਿੰਘ ਜੀ ਬੀਟੈਕ ਕਰਕੇ ਕਿੱਥੇ ਰੇਹੜੀ ਲਾਉਂਦੇ ਫਿਰਦੇ ਨੇ? ਮਾਂ ਬਾਪ ਨੇ ਵੀ ਪਹਿਲੇ ਦਿਨ ਕਿਹਾ ਜੀ ਜਦੋਂ ਮੈਂ ਕਿਹਾ ਨਾ ਵੀ ਮੈਂ ਰੇਹੜੀ ਫੜੀ ਵਾਲਾ ਕੰਮ ਕਰਨਾ, ਉਹ ਕਹਿੰਦੇ ਤੂੰ ਪਾਗਲ ਹੋ ਗਿਆ, ਕੀ ਕਰਨ ਲੱਗਿਆ ਤੂੰ, ਸਾਡੀ ਨੱਕ ਟਾਏਂਗਾ। ਪਰ ਜਦੋਂ ਕੰਮ ਕਰਨ ਲੱਗ ਗਿਆ, ਚਲੋ 4 ਪੈਸੇ ਉਹਨੂੰ ਦਿਖਣ ਲੱਗ ਗਏ, ਅੱਜ ਉਹ ਵੀ ਪੂਰੀ ਸਪੋਰਟ 'ਚ ਵੀ ਕੋਈ ਚੱਕਰ ਨਹੀਂ ਕਰ ਸਕਦਾ। ਆਂਢ ਗੁਆਂਢ ਵੀ ਤੁਹਾਨੂੰ ਪਤਾ ਹੀ ਹੈ, ਆਂਢ ਗੁਆਂਢ ਸਾਡੇ ਪੰਜਾਬੀਆਂ ਦੇ ਇੱਕ ਮਾੜੀ ਆਦਤ ਆ ਵੀ ਲੱਤਾਂ ਖਿੱਚਣੀਆਂ, ਅਸੀਂ ਸਪੋਰਟ ਨਹੀਂ ਕਰਨੀ। ਸੋ ਮੈਂ ਤਾਂ ਇਹੀ ਕਹੂੰਗਾ ਜਿੱਥਾ ਆਪਦਾ ਪੰਜਾਬੀ ਭਰਾ ਦਿਖਦਾ ਹੈ ਬਿਨਾਂ ਅੱਖਾਂ ਬੰਦ ਕਰੇ ਪਹੁੰਚ ਜਾਓ ਅਤੇ ਉਹਦੀ ਸਪੋਰਟ ਕਰੋ ਜੀ। ਪੰਜਾਬੀ ਭਰਾ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਬਾਈ ਜੀ, ਕਿਹੋ ਜਿਹਾ ਤੁਹਾਨੂੰ ਸਪੋਰਟ ਕਰਦੇ ਨੇ ਜਾਂ ਹੌਸਲਾ ਕਿਹੋ ਜਿਹਾ ਦਿੰਦੇ ਨੇ? ਬਿਲਕੁਲ ਜੀ, ਜਿੱਦਾਂ ਮੈਂ ਪਹਿਲਾਂ ਕਿਹਾ ਲੋਕਲ ਜਿੰਨਾ ਵੀ ਮੇਰਾ ਏਰੀਆ ਨਾ ਘਨੌਲੀ ਏਰੀਆ, ਉਹ ਸਾਰੇ ਜਿੰਨੇ ਵੀ ਪੰਜਾਬੀ ਭਰਾ ਆ ਜਾਂ ਲੋਕਲ ਪੰਜਾਬੀ ਆ ਜਾਂ ਹਿੰਦੂ ਚਾਹੇ ਕੋਈ ਵੀ ਜਿਹੜਾ ਲੋਕਲ ਨੇਟਿਵ ਪੰਜਾਬੀ ਆ, ਉਹ ਸਾਰੇ ਬੰਦੇ ਬਾਈ ਜੀ ਮੇਰੇ ਕੋਲ ਆਉਂਦੇ ਆ, ਹਿੰਮਤ ਵਧਾਉਂਦੇ, ਬਹੁਤ ਵਧੀਆ ਕੰਮ ਕਰ ਰਿਹਾ। ਤੈਨੂੰ ਦੇਖ ਕੇ ਹੋਰ ਨੌਜਵਾਨਾਂ ਨੂੰ ਵੀ ਕਰਨਾ ਚਾਹੀਦਾ। ਇੱਦਾਂ ਇੱਕ ਸ਼੍ਰੀ ਕੀਰਤਪੁਰ ਸਾਹਿਬ ਆ, ਮੁੰਡਾ ਮੇਰੇ ਕੋਲ ਆਉਂਦਾ ਸੀ ਪਹਿਲੇ ਸਾਲ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ, ਤੇ ਅੱਜ ਉਹ ਮੈਨੂੰ ਦੇਖ ਕੇ ਉਹਨੇ ਵੀ ਕੰਮ ਸ਼ੁਰੂ ਕਰ ਲਿਆ ਭਾਜੀ। ਅੱਛਾ, ਤੁਹਾਡੇ ਤੋਂ ਪ੍ਰਭਾਵਿਤ ਹੋ ਗਿਆ ਮੁੰਡਾ? ਉਹ ਕਹਿੰਦਾ ਵੀ ਜੇ ਤੂੰ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ। ਉਹ ਵੀ ਇਹੀ ਕੰਮ ਕਰ ਰਹੇ ਨੇ? ਉਹ ਵੀ ਭਾਜੀ ਛੋਟੇ ਜਿਹਾ ਹੀ ਕੰਮ ਕਰਦੇ ਨੇ ਸ਼੍ਰੀ ਕੀਰਤਪੁਰ ਸਾਹਿਬ। ਅੱਛਾ, ਅੱਜ ਤਾਂ ਕੀਰਤਪੁਰ ਸਾਹਿਬ ਦੇ ਲਾਗੇ ਉਹ ਇਹ ਕੰਮ ਕਰਦੇ ਨੇ। ਜਦੋਂ ਤੁਸੀਂ ਨਵਾਂ ਨਵਾਂ ਖੋਲਿਆ ਸੀ, ਮੰਨ ਲਓ ਤੁਹਾਡਾ ਫਰੈਂਡ ਸੀਗਾ ਉਦੋਂ, ਜਦੋਂ ਮੰਨ ਲਓ ਤੁਹਾਨੂੰ ਪਹਿਲੀ ਵਾਰ ਇਸ ਹਾਲਾਤ ਦੇ ਵਿੱਚ ਉਹਨਾਂ ਨੇ ਦੇਖਿਆ, ਉਦੋਂ ਉਹਨਾਂ ਦਾ ਕੀ ਕਹਿਣਾ ਸੀਗਾ? ਭਾਜੀ ਹੱਸਦੇ ਸੀ ਮੇਰੇ 'ਚ ਵੀ ਬੀਟੈਕ ਕਰਕੇ ਲੈ ਕੀ ਕਰਨ ਲੱਗਿਆ ਵਾ, ਤੇਰੇ ਨਾਲ ਤਾਂ ਅਸੀਂ ਚੰਗੇ ਆ, ਪਲੱਸ ਟੂ ਕਰਕੇ ਅਸੀਂ ਨੌਕਰੀ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਵੀ ਬੜੇ ਨੌਕਰ ਬਣਨ ਨਾਲੋਂ ਛੋਟਾ ਮਾਲਕ ਬਣਨਾ ਵਧੀਆ ਗੱਲ ਆ, ਆਪਦੇ ਘਰ ਸੁੱਖ ਦੀ ਰੋਟੀ ਖਾਊਂਗੇ, ਸ਼ਾਇਦ ਮੈਂ ਉਹਨਾਂ ਜਿੰਨੇ ਪੈਸੇ ਨਹੀਂ ਕਮਾ ਸਕਦਾ, ਪਰ ਸੁੱਖ ਜਿਹੜਾ ਪਰਿਵਾਰ 'ਚ
ਮਾਂ ਬਾਪ ਬਿਲਕਦੇ ਮੈਂ ਬਹੁਤ ਦੇਖੇ ਆ ਮਾਂ ਬਾਪ ਬਿਲਕਦੇ ਪੁੱਤ ਨੌਕਰੀ ਤੇ ਗਿਆ ਹੁੰਦਾ ਪਹਿਲਾਂ ਪ੍ਰਾਈਵੇਟ ਨੌਕਰੀ ਵੀ ਕੀਤੀ ਕਦੇ ਭਾਜੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਬੱਦੀ ਇੱਥੇ ਸਾਡਾ ਨਾਲਾਗੜ੍ਹ ਕਿਉਂਕਿ ਨਾਲ ਨੇੜੇ ਲੱਗਦਾ ਹਿਮਾਚਲ ਬਾਰਡਰ ਤੇ ਜਦੋਂ ਉਹਨਾਂ ਨਾਲ ਤੁਸੀਂ ਮੰਨ ਲਓ ਛੁੱਟੀ ਦੀ ਡਿਸਕਸ਼ਨ ਕਰਦੇ ਹੋਵੋਗੇ ਵੀ ਮੈਨੂੰ ਛੁੱਟੀ ਚਾਹੀਦੀ ਆ ਕੀ ਅੱਗੇ ਉਹਨਾਂ ਦਾ ਕੀ ਕਹਿਣਾ ਹੁੰਦਾ ਭਾਜੀ ਇਸੇ ਗੱਲ ਤੋਂ ਤਾਂ ਮੈਂ ਨੌਕਰੀ ਛੱਡੀ ਸੀ ਸਿਸਟਰ ਦੀ ਮੈਰਿਜ ਸੀ ਹੁਣ ਭਰਾ ਸਿਸਟਰ ਦੀ ਮੈਰਿਜ ਭਰਾ ਨੇ ਕੰਮ ਕਰਨਾ ਹੁੰਦਾ ਜੀ ਮੇਨ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ 20 ਦਿਨ ਦੀ ਘੱਟੋ ਘੱਟ ਛੁੱਟੀ ਚਾਹੀਦੀ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੁਹਾਨੂੰ ਹਫ਼ਤੇ ਛੁੱਟੀ ਦੇਵੋਂਗੇ ਤੇ ਤੁਸੀਂ ਆਪ ਸੋਚੋ ਵੀ ਭਰਾ ਭੈਣ ਦਾ ਵਿਆਹ ਹੋਵਾ ਤੇ ਭਰਾ ਹਫ਼ਤੇ ਬਾਅਦ ਹੀ ਘਰ ਹੋਊਗਾ ਸੋ ਇਸੀ ਵਜ੍ਹਾ ਕਰਕੇ ਮੈਂ ਨੌਕਰੀ ਛੱਡੀ ਸੀ ਫਿਰ ਮੈਂ ਧੱਕੇ ਧੁੱਕੇ ਖਾਣ ਤੋਂ ਬਾਅਦ ਫਿਰ ਆਪਦੇ ਕੰਮ ਤੇ ਸੈਟਲ ਹੋ ਗਿਆ ਜਦੋਂ ਬਾਈ ਜੀ ਬੀਟੈਕ ਦੇ ਵਿੱਚ ਐਡਮਿਸ਼ਨ ਲਈ ਸੀ ਮੰਨ ਲਓ ਤੁਸੀਂ ਸੀਨੀਅਰ ਸੈਕੰਡਰੀ ਕੀਤੀ ਪਲੱਸ ਟੂ ਕੀਤੀ ਹੈ ਨਾ ਉਸ ਤੋਂ ਬਾਅਦ ਤੁਸੀਂ ਸੋਚਿਆ ਵੀ ਮੈਂ ਬੀਟੈਕ ਕਰਦਾ ਹੈ ਨਾ ਜਦੋਂ ਤੁਸੀਂ ਐਡਮਿਸ਼ਨ ਲਈ ਉਸ ਤੋਂ ਬਾਅਦ ਪਹਿਲਾਂ ਐਡਮਿਸ਼ਨ ਲੈਣ ਤੋਂ ਪਹਿਲਾਂ ਤੁਹਾਡੇ ਜ਼ਿਹਨ 'ਚ ਖਿਆਲ ਕੀ ਆਉਂਦੇ ਸੀ ਵੀ ਬੀਟੈਕ ਕਰਕੇ ਕੀ ਬਣਾਂਗਾ ਜਾਂ ਸਰਕਾਰ ਤੋਂ ਕੋਈ ਉਮੀਦ ਸੀਗੀ ਤੁਹਾਨੂੰ ਉਦੋਂ ਤਾਂ ਜੀ ਵੱਡੇ ਵੱਡੇ ਸੁਪਨੇ ਲਏ ਸੀ ਜੀ ਵੀ ਕੁਰਸੀ ਤੇ ਬੈਠਾਂਗੇ ਜੀ ਨੌਕਰੀ ਕਰਾਂਗੇ ਜੀ ਐਸ਼ ਕਰਾਂਗੇ ਜੀ ਆਰਡਰ ਮਾਰਾਂਗੇ ਜੀ ਇੰਨਾ ਨਹੀਂ ਨਾ ਪਤਾ ਸੀ ਵੀ ਸਰਕਾਰਾਂ ਕੁਛ ਉਦੋਂ ਪਤਾ ਹੀ ਨਹੀਂ ਸੀ ਬਾਈ ਜੀ ਉਦੋਂ ਅੱਲੜ ਪੁਣਾ ਸੀ ਜੀ ਜੀ ਬਸ ਜਿੱਦਾਂ ਨੂੰ ਦੁਨੀਆ ਤੁਰੀ ਹੋਈ ਸੀ ਉਦੋਂ ਨੂੰ ਤੁਰ ਪਈ ਬਿਲਕੁਲ ਤੁਹਾਡੇ ਗਾਹਕ ਵੀ ਆ ਗਏ ਬਾਈ ਜੀ ਪਹਿਲਾਂ ਗਾਹਕ ਵੀ ਅਟੈਂਡ ਕਰ ਲਓ ਤੁਸੀਂ ਤਾਂ ਦਰਸ਼ਕੋ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਦੋਸਤੋ ਇਹ ਰੂਪਨਗਰ ਜ਼ਿਲ੍ਹੇ ਦੀ ਇਹ ਵੀਡੀਓ ਰੋਪੜ ਦੀ ਵੀਡੀਓ ਹੈ ਇਹ ਜਦੋਂ ਆਪਾਂ ਰੋਪੜ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਜਾਂਦੇ ਹਾਂ ਤਾਂ ਬਾਈ ਜੀ ਹੋਰੀ ਘਨੌਲੀ ਪਿੰਡ ਹੈ ਲੈਫਟ ਸਾਈਡ 'ਤੇ ਇਹ ਖੜ੍ਹਦੇ ਨੇ ਪਰ ਇਹਨਾਂ ਦੀ ਮਿਹਨਤ ਨੂੰ ਵੀ ਸਲੂਟ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਬੇ ਨਾਨਕ ਦੇ ਸਿਧਾਂਤ 'ਤੇ ਚੱਲਦੇ ਨੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਅਕੋਰਡਿੰਗ ਇਹ ਮਿਹਨਤ ਕਰ ਰਹੇ ਨੇ ਤਾਂ ਇਹਨਾਂ ਦੀ ਮਿਹਨਤ ਨੂੰ ਵੀ ਸਲੂਟ ਬਣਦਾ ਹੈ ਕਿਉਂਕਿ ਜਿਹੜਾ ਬੀਟੈਕ ਕਰਕੇ ਬਾਈ ਜੀ ਹੋਰੀ ਅੱਜ ਸੜਕ ਕੰਢੇ ਮਿਹਨਤ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਨੇ ਤਾਂ ਸਾਡਾ ਵੀ ਫਰਜ਼ ਬਣਦਾ ਹੈ ਮੁੱਢਲਾ ਫਰਜ਼ ਬਣਦਾ ਹੈ ਕਿ ਜਿਹੜੇ ਪੰਜਾਬੀ ਭਰਾ ਹੱਥੀਂ ਕਿਰਤ ਕਰਦੇ ਨੇ ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰੀਏ ਘੱਟੋ ਘੱਟ ਉਹਨਾਂ ਨੂੰ ਹੌਸਲਾ ਜ਼ਰੂਰ ਮਿਲੇ ਕਿਉਂਕਿ ਜੇ ਕੋਈ ਮਿਹਨਤ ਕਰੇਗਾ ਉਸ ਮਿਹਨਤ ਦੀ ਕਮਾਈ ਦਾ ਸਕੂਨ ਵਧੀਆ ਹੁੰਦਾ ਹੈ ਤਾਂ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਕਿ ਵੱਡੇ ਨੌਕਰ ਬਣਨ ਦੇ ਨਾਲ ਉਹ ਛੋਟੇ ਮਾਲਕ ਸਕੂਨ ਮਿਲਦਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਅੱਤ ਦੀ ਗਰਮੀ ਦੇ ਵਿੱਚ ਜਿਹੜੇ ਰਾਹਗੀਰ ਨੇ ਬਾਈ ਜੀ ਹੋਰਾਂ ਦੀ ਸਪੋਰਟ ਕਰਨ ਵਾਸਤੇ ਪਹੁੰਚੇ ਨੇ ਤਾਂ ਖਾਸ ਤੌਰ 'ਤੇ ਜਿਹੜੇ ਪ੍ਰਵਾਸੀ ਨੇ ਉਹ ਵੀ ਇੱਥੇ ਆਲੇ ਦੁਆਲੇ ਕੰਪੀਟੀਸ਼ਨ ਵੀ ਹੈਗਾ ਉਹ ਅੱਗੇ ਤੁਹਾਨੂੰ ਦਿਖਾ ਦਿਓ ਪ੍ਰਵਾਸੀ ਰੇਹੜੀ ਲਾ ਰਹੇ ਨੇ ਤਾਂ ਜਿੰਨੇ ਆਪਣੇ ਪੰਜਾਬੀ ਭਰਾ ਤਾਂ ਬਾਈ ਜੀ ਹੁਣੀ ਲਖਵਿੰਦਰ ਸਿੰਘ ਜੀ ਨੇ ਇਹਨਾਂ ਨੇ ਬੀਟੈਕ ਕੀਤੀ ਹੋਈ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਬਾਈ ਜੀ ਹੋਰਾਂ ਨੂੰ ਸਪੋਰਟ ਕਰੀਏ ਬਾਈ ਜੀ ਜਿਵੇਂ ਹੋਰ ਨੌਜਵਾਨ ਹੈਗੇ ਨੇ ਆਪਣੇ ਹੀ ਪੰਜਾਬੀ ਭਰਾ ਹੈਗੇ ਨੇ ਬਾਹਰ ਜਾਣ ਦਾ ਸੋਚਿਆ ਹੋਇਆ ਜਾਂ ਪਲੱਸ ਟੂ ਕਰਦੇ ਨੇ ਵੀ ਅਸੀਂ ਸੋਚਦੇ ਹਾਂ ਕਿ ਬਾਹਰ ਹੀ ਜਾਈਏ ਇੱਥੇ ਸਾਡਾ ਫਿਊਚਰ ਨਹੀਂ ਹੈਗਾ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਤੁਹਾਡਾ ਜਿਵੇਂ ਤੁਸੀਂ ਤਾਂ ਕਿਰਤ ਕਰ ਰਹੇ ਹੋ ਕਈ ਸ਼ਰਮ ਮਹਿਸੂਸ ਕਰਦੇ ਨੇ ਮਨ ਦੇ ਵਿੱਚ ਖਿਆਲ ਹੁੰਦਾ ਵੀ ਭਾਈ ਅਸੀਂ ਵੀ ਮਿਹਨਤ ਕਰੀਏ ਪਰ ਸ਼ਰਮ ਮਾਰ ਜਾਂਦੀ ਉਹਨਾਂ ਨੂੰ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਬਾਈ ਜੀ ਭਾਈ ਜੀ ਮੈਂ ਤਾਂ ਇੱਕ ਗੱਲ ਸੋਚਦਾ ਵੀ ਇਹ ਪੰਜਾਬ ਦੀ ਜਿਹੜੀ ਧਰਤੀ ਹੈ ਨਾ ਜੀ ਉਹ ਸਾਡੀ ਧਰਤੀ ਹੈ ਇਸ ਧਰਤੀ ਲਈ ਸਾਡੇ ਸਿਰ ਲੱਗੇ ਹੋਏ ਨੇ ਜੇ ਅੱਜ ਅਸੀਂ ਇਸ ਧਰਤੀ ਨੂੰ ਛੱਡ ਗਏ ਨਾ ਤਾਂ ਕੱਲ੍ਹ ਨੂੰ ਇਸ ਧਰਤੀ ਨੇ ਸਾਨੂੰ ਛੱਡ ਦੇਣਾ ਸੋ ਇਹ ਬੜੀ ਭਾਗਾਂ ਵਾਲੀ ਧਰਤੀ ਆ ਮੈਂ ਤਾਂ ਇਹੀ ਕਹੂੰਗਾ ਬੇਨਤੀ ਹੈ ਇਸ ਧਰਤੀ ਨੂੰ ਨਾ ਛੱਡੋ ਆ ਬੇਸ਼ੱਕ ਬਾਹਰ ਜਾਣਾ ਚਾਹੋ ਕਮਾਈ ਕਰੋ ਪਰ ਵਾਪਸ ਜ਼ਰੂਰ ਆਓ 10 ਸਾਲ ਆਓ 20 ਸਾਲ ਆਓ ਵਾਪਸ ਪੰਜਾਬ 'ਚ ਆਓ ਇਸ ਧਰਤੀ ਲਈ ਸਾਡਾ ਭਾਈ ਜੀ ਖੂਨ ਡੁੱਲਿਆ ਹੋਇਆ ਮਣਾ ਮੋਹੀ ਅਤੇ ਇਸ ਧਰਤੀ ਨੂੰ ਨਾ ਛੱਡੋ ਮੇਰੀ ਤਾਂ ਇਹੀ ਬੇਨਤੀ ਹੈ ਤੇ ਜਿੰਨੇ ਜਿਹੜੇ ਪ੍ਰਵਾਸੀ ਆਏ ਹੋਏ ਨੇ ਇੱਥੇ ਮੰਨ ਲਓ ਗੁੰਡਾਗਰਦੀ ਕਰਦੇ ਨੇ ਆਪਾਂ ਤਸਵੀਰਾਂ ਵੀ ਦੇਖਦੇ ਹਾਂ ਰੱਜ ਕੇ ਕਰਦੇ ਹੈ ਨਾ ਆਪਾਂ ਕਹਿ ਦਿੰਦੇ ਆਪਾਂ ਜਿਵੇਂ ਤੁਹਾਡੇ ਕੋਲ ਵੀ ਹੱਥ ਜੋੜ ਕੇ ਬੇਨਤੀ ਕਰਨਾ ਸੀ ਵੀ ਸਾਨੂੰ ਇੱਥੇ ਰੇਹੜੀ ਲਾ ਲੈਣ ਦਿਓ ਆਪਾਂ ਲੋਕ ਤਰਸ ਖਾ ਲੈਂਦੇ ਹਾਂ ਤਾਂ ਬਾਅਦ ਦੇ ਵਿੱਚ ਆਪਣੇ ਤੇ ਗੁੰਡਾਗਰਦੀ ਕਰਦੇ ਨੇ ਖਾਸ ਤੌਰ ਤੇ ਪੰਜਾਬੀਆਂ ਤੇ ਫਿਰ ਜਿਹੜੇ ਲੋਕ ਤਰਸ ਖਾਂਦੇ ਨੇ ਜਾਂ ਪ੍ਰਵਾਸੀਆਂ ਦੀ ਸਪੋਰਟ ਕਰਦੇ ਨੇ ਵੀ ਪ੍ਰਵਾਸੀਆਂ ਤੋਂ ਬਿਨਾਂ ਜਿਹੜੀ ਅਰਥ ਵਿਵਸਥਾ ਪੂਰੀ ਹਿੱਲ ਜਾਣੀ ਹੈ ਜਾਂ ਪ੍ਰਵਾਸੀਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਜਵਾਬ ਹੈਗਾ ਭਾਈ ਜੀ ਪ੍ਰਵਾਸੀ ਕਿਹੜਾ 50 ਸਾਲ ਤੋਂ ਇੱਥੇ ਪਹਿਲਾਂ ਵੀ ਕੰਮ ਚੱਲਦੇ ਸੀ ਨਾ ਪੁਰਾਣੇ ਟਾਈਮ 'ਚ ਜਿਹੜੇ ਸਾਡੇ ਗਰੀਬ ਬੰਦੇ ਆ ਲੋਕਲ ਆ ਨੀਵੀਂ ਜਾਤਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਐਸੀ ਭਾਈਚਾਰੇ ਦੇ ਸਾਡੇ ਭਰਾ ਉਹਨਾਂ ਨੂੰ ਕੰਮ ਦਿਓ ਤੁਸੀਂ ਜੇ 4 ਪੈਸੇ ਵੱਧ ਵੀ ਦੇਣੇ ਪੈ ਗਏ ਤਾਂ ਤੁਹਾਡਾ ਕਿੱਥੇ ਨਹੀਂ ਜਾਣਾ ਉਹ ਪੈਸਾ ਪੰਜਾਬ ਦੇ ਵਿੱਚ ਹੀ ਰਹਿਣਾ ਹੈ ਜਿਹੜਾ ਇਹਨਾਂ ਨੂੰ ਪੈਸਾ ਦੇਣਾ ਉਹ ਪੰਜਾਬ ਤੋਂ ਬਾਹਰ ਜਾਣਾ ਹੈ ਉਹ ਅਲਟੀਮੇਟਲੀ ਸਾਡਾ ਪੈਸਾ ਬਾਹਰ ਜਾ ਰਿਹਾ ਜਿੱਦਾਂ ਅਸੀਂ ਆਪਦੇ ਨਿਆਣਿਆਂ ਨੂੰ ਬਾਹਰ ਭੇਜ ਰਹੇ ਨਾ ਉਹ ਵੀ ਪੈਸਾ ਬਾਹਰ ਜਾ ਰਿਹਾ ਜਿਹੜਾ ਇਹਨਾਂ ਨੂੰ ਪੈਸਾ ਦੇ ਰਿਹਾ ਉਹ ਵੀ ਪੰਜਾਬ ਤੋਂ ਪੈਸਾ ਬਾਹਰ ਜਾ ਰਿਹਾ ਹਾਂਜੀ ਅੱਛਾ ਬਾਈ ਜੀ ਹੁਣ ਆਪਣੀ ਲੋਕੇਸ਼ਨ ਤੁਸੀਂ ਆਪਣੀ ਜ਼ੁਬਾਨੀ ਦੱਸ ਦਿਓ ਜਿੰਨੇ ਵੀਰ ਭਰਾ ਨੇ ਮੈਂ ਕਹਿੰਦਾ ਵੀ ਜ਼ਰੂਰ ਭਾਜੀ ਹੁਣਾਂ ਨੂੰ ਮਿਲ ਕੇ ਜ਼ਰੂਰ ਜਾਇਓ ਹਾਂ ਤੁਸੀਂ ਖਾਣਾ ਪੀਣਾ ਜਾਂ ਕੁਛ ਨਹੀਂ ਉਹ ਬਾਅਦ ਦੀਆਂ ਗੱਲਾਂ ਘੱਟੋ ਘੱਟ ਭਾਜੀ ਹੁਣਾਂ ਦਾ ਜਿਹੜਾ ਹੌਸਲਾ ਜ਼ਰੂਰ ਵਧਾ ਜਿਓ ਤਾਂ ਜੋ ਜਿਹੜੇ ਆਪਣੇ ਪੰਜਾਬੀ ਨੇ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਵਿਦੇਸ਼ਾਂ ਵੱਲ ਜਾ ਰਹੇ ਨੇ ਜਾਂ ਜਿਹੜੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਉਹਨਾਂ ਨੂੰ ਬਾਈ ਜੀ ਹੋਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਤੇ ਬਾਈ ਜੀ ਜਿਹੜੀ ਆਪਣੀ ਲੋਕੇਸ਼ਨ ਹੈ ਕਿੱਥੋਂ ਦੀ ਲੋਕੇਸ਼ਨ ਹੈਗੀ ਆ ਕੀ ਤੁਹਾਡਾ
ਬਾਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਜੱਟਪੱਤੀ ਪਹਿਲੇ ਘਨੌਲਾ ਸੀ ਹੁਣ ਸਾਡਾ ਪਿੰਡ ਅਲੱਗ ਹੋ ਗਿਆ ਸੈਣੀ ਮਾਜਰਾ ਜੱਟਪੱਤੀ ਮੇਰੀ ਲੋਕੇਸ਼ਨ ਹੈ ਜੀ ਜਦੋਂ ਅਸੀਂ ਆਨੰਦਪੁਰ ਸਾਹਿਬ ਨੂੰ ਜਾਂਦੇ ਹਾਂ ਨਾ ਜੀ ਰੋਪੜ ਵੱਲੋਂ ਆਉਂਦੇ ਤਾਂ ਘਨੌਲੀ ਬੈਰੀਅਲ ਆਉਂਦਾ ਜਿਹੜੇ ਬੰਦੇ ਹੋਲੇ ਮਹੱਲੇ ਨੂੰ ਜਿਹੜੇ ਵੀ ਆਉਂਦੇ ਆਨੰਦਪੁਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਪਤਾ ਹੋਊ ਘਨੌਲੀ ਬੈਰੀਅਲ ਆ ਬੈਰੀਅਲ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ ਨਾ ਇਸ ਸਾਈਡ ਨੂੰ ਮੇਰੀ ਗੱਡੀ ਲੱਗੀ ਹੋਈ ਵੈਨ ਲੱਗੀ ਹੋਈ ਤੁਸੀਂ ਦੇਖ ਸਕਦੇ ਘਨੌਲੀ ਬੈਰੀਅਲ ਦੇ ਥੋੜ੍ਹਾ ਜਿਹਾ ਅੱਗੇ ਆ ਕੇ ਹਾਂਜੀ ਸੰਪਰਕ ਨੰਬਰ ਬਾਈ ਜੀ ਆਪਣਾ ਦੱਸ ਦਿਓ ਜੇ ਕਿਸੇ ਭਰਾ ਨੇ ਮੰਨ ਲਓ ਜਿਹੜਾ ਭਰਾ ਇਹੀ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦਾ ਜੀ ਹੈ ਨਾ ਉਹਨਾਂ ਨੂੰ ਸਲਾਹ ਵੀ ਦੱਸ ਦਿਓ ਔਰ ਬੈਨੀਫਿਟ ਦੱਸ ਦਿਓ ਵੀ ਭਾਈ ਇਹ 'ਤੇ ਕਿੰਨੀ ਕੁ ਲਾਗਤ ਆ ਜਾਂਦੀ ਜਾਂ ਕਿੰਨਾ ਕੁ ਆਪਾਂ ਨੂੰ ਮੁਨਾਫਾ ਹੋ ਜਾਂਦਾ ਹੈ ਔਰ ਜੇ ਕਿਸੇ ਨੇ ਸਲਾਹ ਲੈਣੀ ਹੋਵੇ ਮੰਨ ਲਓ ਕੰਮ ਸ਼ੁਰੂ ਕਰਨਾ ਹੋਵੇ ਪੰਜਾਬ ਦੇ ਵਿੱਚ ਹੀ ਪੰਜਾਬੀਅਤ ਲਈ ਕੰਮ ਕਰਨਾ ਹੋਵੇ ਆਪਣੇ ਭਰਾਵਾਂ ਲਈ ਕੰਮ ਕਰਨਾ ਹੋਵੇ ਸਹਿਯੋਗ ਇੱਕ ਦੂਸਰੇ ਦਾ ਜੇਕਰ ਆਪਾਂ ਕਰਾਂਗੇ ਬਾਈ ਜੀ ਤਾਂ ਹੀ ਰੰਗਲਾ ਪੰਜਾਬ ਬਣ ਸਕਦਾ ਹੈ ਨਾ ਤਾਂ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਬਾਈ ਜੀ ਮੇਰਾ ਮੋਬਾਈਲ ਨੰਬਰ ਆ ਜੀ 8 3 6 00 2 0 9 3 1 ਜੀ ਅਤੇ ਬਾਈ ਇਹਨੂੰ ਸ਼ੁਰੂ ਕਰਨ 'ਚ 1.5 ਲੱਖ ਦੀ ਆਉਂਦੀ ਹੈ ਜੀ ਲਾਗਤ ਆਉਂਦੀ ਹੈ ਜੀ ਬਾਕੀ ਇਹਦਾ ਕੋਈ ਐਕਸਟਰਾ ਖਰਚਾ ਨਹੀਂ ਹੈ ਜਿਸ ਦਿਨ ਤੁਹਾਡਾ ਮਾਲ ਲੱਗੂਗਾ ਤਾਂ ਤੁਹਾਨੂੰ ਖਰਚਾ ਆਊਗਾ ਜੇ ਮੰਨ ਲਓ ਤੁਸੀਂ ਪਹਿਲੇ ਦਿਨ ਗੱਡੀ ਖੜਾ ਲਈ ਆ ਕੇ ਤੁਹਾਡਾ ਇੱਕ ਵੀ ਨਹੀਂ ਵਿਕਿਆ ਸਾਡਾ ਕੋਈ ਖਰਚਾ ਨਹੀਂ ਸਿਰਫ ਗੱਡੀ ਦੇ ਤੇਲ ਦਾ ਖਰਚਾ ਇਹਦੇ ਨਾਲ CO2 ਦਾ ਸਿਲੰਡਰ ਲੱਗਿਆ ਹੋਇਆ ਬਾਈ ਜੀ ਅੱਛਾ ਜੀ ਉਸ ਨਾਲ ਇਸਦੀ ਵੈਲਿਡਿਟੀ 1 ਮਹੀਨੇ ਦੀ ਹੋ ਜਾਂਦੀ ਹੈ ਜੇ ਨਾ ਵੀ ਲੱਗਿਆ 1 ਮਹੀਨੇ ਤੱਕ ਤੁਹਾਡੀ ਮਾਲ ਜਿਹੜਾ ਉਹ ਖਰਾਬ ਨਹੀਂ ਹੋਊਗਾ ਅੱਛਾ ਜੀ ਹਾਂਜੀ ਵੈਸੇ ਗਾਂ ਗਰਮੀ ਦਾ ਸੀਜ਼ਨ ਵੀ ਆਉਣ ਵਾਲਾ ਹੈ ਨਾ ਮੇਲਿਆਂ ਵਗੈਰਾ ਦੇ ਵਿੱਚ ਵਧੀਆ ਇਹ ਚੱਲ ਜਾਂਦਾ ਜੀ ਬਿਲਕੁਲ ਮੇਲਿਆਂ ਵਗੈਰਾ 'ਚ ਬਹੁਤ ਵਧੀਆ ਕੰਮ ਨਿਕਲਦਾ ਤੁਹਾਡੀ ਚੰਗੀ ਦਿਹਾੜੀ ਤੁਸੀਂ ਪਾ ਕੇ ਘਰੇ ਜਾਓਗੇ ਅੱਛਾ ਜੀ ਮਤਲਬ ਵੱਡੇ ਨੌਕਰ ਬਣਨ ਨਾਲ ਇਹ ਮਿਹਨਤ ਕਰਨੀ ਜ਼ਰੂਰੀ ਹੈ ਬਹੁਤ ਚੰਗਾ ਜੀ ਪੈਸੇ ਮੈਂ ਕਹਿੰਦਾ ਵੀ ਉਹ ਸ਼ਾਇਦ 1 ਲੱਖ ਰੁਪਏ ਲੈਂਦੇ ਹੋਣਗੇ ਪਰ ਉਹ 1 ਲੱਖ ਜਿੰਨੀ ਟੈਨਸ਼ਨ ਵੀ ਲੈਂਦੇ ਆ ਜ਼ਮੀਰ ਨਹੀਂ ਮੰਨਦੇ ਦੀਆਂ ਗੋਲੀਆਂ ਖਾ ਕੇ ਵੀ ਸੌਂਦੇ ਹੋਣੇ ਆ ਸਾਨੂੰ ਬਾਈ ਜੀ 10 ਵਜੇ ਜਾਂਦੇ ਆ ਫੋਨ ਚੱਕਣ ਤੇ ਬਾਅਦ ਰੋਟੀ ਖਾਈ ਦੀ ਆ ਜਦੇ ਨੀਂਦ ਆ ਜੀ ਅੱਛਾ ਜੀ ਹਾਂਜੀ ਥਕਾਵਟ ਵੀ ਹੋ ਜਾਂਦੀ ਔਰ ਕਿਰਤ ਦਾ ਸਕੂਨ ਵੀ ਮਿਲਦਾ ਹੋਊਗਾ ਬਿਲਕੁਲ ਜੀ ਬਿਲਕੁਲ ਪਹਿਲੇ ਜਦ ਬੇਲਰ ਸੀ ਨਾ ਮੈਂ ਕਹਿੰਦਾ ਆਪ ਵੀ ਸੀ ਬੇਲਰ ਤੇ ਅਸੀਂ 2-2 ਵਜੇ ਤੱਕ ਫੋਨ ਚਲਾ ਜਾਣਾ ਨੀਂਦ ਨਹੀਂ ਆਉਂਦੀ ਜੀ ਨੀਂਦ ਕਿੱਥੋਂ ਆਉਣੀ ਜਦ ਕੰਮ ਹੀ ਨਹੀਂ ਕਰਨਾ ਜੀ ਹੁਣ ਬਾਈ ਜੀ ਸਵੇਰ ਨੂੰ 5 ਵਜੇ ਉੱਠ ਜਾਂਦੇ ਹਾਂ ਜੀ ਇਹ ਤਿਆਰੀ ਕਰਨ ਲੱਗ ਜਾਂਦੇ ਰਾਤ ਨੂੰ 10-11 ਵਜੇ ਸੌਣ ਲੱਗੇ 6 ਘੰਟੇ ਨੀਂਦ ਮਿਲਦੀ ਹੈ ਜੀ ਰੋਟੀ ਖਾ ਕੇ ਇੱਕਦਮ ਨੀਂਦ ਆ ਜਾਂਦੀ ਸਾਨੂੰ ਅੱਛਾ ਜੀ ਸਕੂਨ ਵੀ ਮਿਲਦਾ ਹੈ ਨਾ ਕਿਰਤ ਕਰਕੇ ਬਿਲਕੁਲ ਨਾਲੇ ਮਾਂ ਬਾਪ ਦੇ ਕੋਲ ਆ ਜੀ ਕੱਲ ਨੂੰ ਦੁੱਖ ਤਕਲੀਫ ਆਉਂਗੀ ਤਾਂ ਅਸੀਂ ਖੜੇ ਹੋਵਾਂਗੇ ਉਹ ਪੈਸਾ ਕਿਆ ਕਰਨਾ ਜੀ ਜਿਹੜਾ ਮਾਂ ਬਾਪ ਪਿੱਛੇ ਰੋਲਦੇ ਰਹਿਣ ਅਸੀਂ ਬਾਹਰ ਰੋਲਦੇ ਰਹੀਏ ਪੈਸਾ ਕਿੱਥੇ ਲੈ ਕੇ ਜਾਣਾ ਸੀ ਉਹਨਾਂ ਨੌਜਵਾਨਾਂ ਨੂੰ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜੇ ਲੱਖਾਂ ਰੁਪਏ ਕਰਜ਼ਾ ਚੱਕ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਇਸ ਤੋਂ ਵੀ ਮਾੜੇ ਕੰਮ ਕਰਦੇ ਨੇ ਜਿਹੜੇ ਦਿਹਾੜੀਆਂ ਕਰਦੇ ਨੇ ਝਾੜੂ ਤੱਕ ਫੇਰਦੇ ਨੇ ਹਨਾ ਉਹਨਾਂ ਨੌਜਵਾਨਾਂ ਨੂੰ ਤੁਹਾਡਾ ਕੀ ਕਹਿਣਾ ਹੈਗਾ ਬਾਈ ਹੁਣ 25 ਲੱਖ ਲਾ ਕੇ ਜਿਹੜਾ ਬਾਹਰ ਜਾਂਦਾ ਉਹ 25 ਲੱਖ ਲਾ ਕੇ ਇੱਥੇ ਨਹੀਂ ਕੋਈ ਕੰਮ ਕਰ ਸਕਦਾ ਇਹ ਤਾਂ ਭੇਡ ਚਾਲ ਲੱਗ ਗਈ ਜੀ ਬਸ ਵੀ ਉਹਦਾ ਮੁੰਡਾ ਗਿਆ ਮਾਸੀ ਦਾ ਮੁੰਡਾ ਗਿਆ ਮੈਂ ਵੀ ਜਾਊਂਗਾ ਮੈਂ ਗਿਆ ਉਹ ਵੀ ਜਾਊਂਗਾ ਜਿੱਦਾਂ ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਹੀ ਰਹੇ ਹੋ ਬਹੁਤ ਬੰਦੇ ਕਹਿ ਰਹੇ ਵੀ ਅਸੀਂ ਗਲਤ ਆ ਗਏ ਇਹ ਨਾਲ ਚੰਗਾ ਤਾਂ ਪੰਜਾਬ ਚੰਗਾ ਸੀ ਸਾਡੀ ਖੇਤੀ ਚੰਗੀ ਸੀ ਸੋ ਮੈਂ ਤਾਂ ਬੇਨਤੀ ਕਰੂੰਗਾ ਜਾਣਾ ਜਾਓ ਪਰ ਵਾਪਸ ਜ਼ਰੂਰ ਆਓ ਜੀ 10 ਲੱਖ ਲਾ ਕੇ ਜਾਓ ਚਾਹੇ 50 ਲੱਖ ਲਾ ਕੇ ਜਾਓ ਵਾਪਸ ਆਪਣੇ ਪੰਜਾਬ ਨੂੰ ਪਰਤੋ ਇੱਥੇ ਆ ਕੇ ਇਨਵੈਸਟ ਕਰੋ ਜ਼ਮੀਨਾਂ ਨਾ ਵੇਚ ਕੇ ਜਾਓ ਜਿੱਦਾਂ ਕਿ ਹੁਣ ਪਤਾ ਲੱਗਿਆ ਵੀ ਆਉਣ ਵਾਲਾ ਜਿਹੜਾ ਯੁੱਧ ਆ ਉਹ ਪਾਣੀ ਅਤੇ ਭੋਜਨ 'ਤੇ ਲੱਗਣਾ ਹੈ ਅਤੇ ਪੰਜਾਬ ਦੀ ਧਰਤੀ ਉਹ ਮੇਨ ਆ ਉਹੀ ਖਾਲੀ ਕਰਵਾਈ ਜਾ ਰਹੀ ਆ ਉੱਧਰ ਪਰਲੇ ਪੰਜਾਬ ਪਾਕਿਸਤਾਨ ਵੀ ਖਾਲੀ ਕਰਾਇਆ ਜਾ ਰਿਹਾ ਇੱਧਰ ਹਰਿਆਣਾ ਵੀ ਖਾਲੀ ਕਰਾਇਆ ਜਾ ਰਿਹਾ ਪੰਜਾਬ ਵੀ ਖਾਲੀ ਕਰਾਇਆ ਜਾ ਰਿਹਾ ਕਿਉਂਕਿ ਪਤਾ ਵੀ ਅਗਲੀ ਜੰਗ ਜਿਹੜੀ ਪਾਣੀ ਅਤੇ ਭੋਜਨ 'ਤੇ ਲੱਗਣੀ ਹੈ ਅਤੇ ਪੰਜਾਬ ਦੀ ਜਿਹੜੀ ਜ਼ਮੀਨ ਆ ਉਹ ਬਹੁਤ ਉਪਜਾਊ ਆ ਇੱਥੇ ਬੰਦਾ ਬੀਜਦੀ ਹੈ ਬੰਦਾ ਵੀ ਹਰਾ ਹੋ ਜਾਂਦਾ ਬਾਕੀ ਤਾਂ ਗੱਲੇ ਛੱਡੋ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਤੁਹਾਡਾ ਸੋ ਦਰਸ਼ਕੋ ਜਿੰਨੇ ਵੀਰ ਭਰਾ ਦੇਖ ਰਹੇ ਨੇ ਇਸ ਵੀਡੀਓ ਨੂੰ ਇਹ ਹਰੇਕ ਉਸ ਪੰਜਾਬੀ ਤੱਕ ਜ਼ਰੂਰ ਪਹੁੰਚਾ ਦਿਓ ਜਿਹੜਾ ਮਿਹਨਤ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦਾ ਤਾਂ ਬਾਈ ਲਖਵਿੰਦਰ ਸਿੰਘ ਜੀ ਹੈ ਇਹਨਾਂ ਵੱਲ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਕਿਉਂਕਿ ਬਾਈ ਜੀ ਹੋਰੀ ਬੀਟੈਕ ਕਰਨ ਦੇ ਬਾਵਜੂਦ ਵੀ ਸ਼ਰਮ ਨਹੀਂ ਮਹਿਸੂਸ ਕੀਤੀ ਤਾਂ ਅੱਜ ਸੜਕ ਕਿਨਾਰੇ ਇੱਕ ਰੇੜੀ ਟਾਈਪ ਜਿਹੜਾ ਆਪਾਂ ਵੈਨ ਖੜੀ ਹੈ ਇਹ ਜਿਹੜਾ ਸੋਢਾ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਔਰ ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰੋ ਨਾਮ ਜਪੋ ਔਰ ਵੰਡ ਛਕੋ ਦੇ ਅਕੋਰਡਿੰਗ ਇਹ ਮਿਹਨਤ ਕਰ ਰਹੇ ਨੇ ਤਾਂ ਹਰੇਕ ਉਸ ਪੰਜਾਬੀ ਨੌਜਵਾਨ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਜਿਹੜਾ ਮਿਹਨਤ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦਾ ਹੈ।